ਏਸ਼ੀਆ ਦੇ ਟੌਪ 10 ਅਮੀਰਾਂ ਦੇ ਵਿੱਚ ਆਉਣ ਵਾਲਾ ਮੁਕੇਸ਼ ਅਵਾਨੀ ਜਿਸ ਦੇ ਕੀ ਪੁੱਤਰ ਦਾ ਵਿਆਹ ਸੀ ਅਨੰਤ ਅਵਾਨੀ ਦਾ ਅਨੰਤ ਅਵਾਨੀ ਦੇ ਵਿਆਹ ਦੇ ਵਿੱਚ ਹਾਲੀਵੁੱਡ ਦੇ ਸਿੰਗਰ ਐਕਟਰ ਤੇ ਬਾਲੀਵੁੱਡ ਦੇ ਐਕਟਰ ਸਿੰਗਰ ਸਾਰੇ ਪਹੁੰਚੇ ਸੀ ਤੇ ਨਾਲ ਦੀ ਨਾਲ ਆਪਾਂ ਤੁਹਾਨੂੰ ਦੱਸਦੇ ਕਿ ਉੱਥੇ ਇੱਕ ਪੰਜਾਬੀ ਸਿੰਗਰ ਦਲਜੀਤ ਦੁਸਾਂਝ ਜਿਸ ਨੇ ਆ ਕੇ ਉੱਥੇ ਪਰਫਾਰਮੈਂਸ ਕੀਤੀ ਸੀ ਦਿਲਜੀਤ ਦੋਸਾਂਝ ਨੇ ਆਪਣੀ ਪਰਫਾਰਮੈਂਸ ਤੇ ਆਪਣੇ ਸੌਂਗ ਦੇ ਨਾਲ ਸਾਰੇ ਹਾਲੀਵੁੱਡ ਤੇ ਬਾਲੀਵੁੱਡ ਦੇ ਸਿੰਗਰ ਐਕਟਰਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ ਜਿਹਦੀਆਂ ਕੁਝ-ਕੁਝ ਵੀਡੀਓਜ਼ ਨਿਕਲ ਕੇ ਸਾਹਮਣੇ ਆਈਆਂ ਜਿੱਥੇ ਕੀ ਦਿਲਜੀਤ ਦੋਸਾਂਝ ਦੇ ਸੌਂਗ ਦੇ ਉੱਪਰ ਵੱਡੇ-ਵੱਡੇ ਹਾਲੀਵੁੱਡ ਤੇ ਬਾਲੀਵੁੱਡ ਦੇ ਸਿੰਗਰ ਤੇ ਐਕਟਰ ਨੇ ਨੱਚਦੇ ਨਜ਼ਰ ਆਏ ਸੀ ਸੋ ਉੱਥੇ ਹੀ ਪਤਾ ਲੱਗਦਾ ਆ ਜਿ ਕਿ ਦਿਲਜੀਤ ਦੋਸਾਂਝ ਨੂੰ 8 ਕਰੋੜ ਰੁਪਏ ਦਿੱਤਾ ਗਿਆਗਾ ਇੱਕ ਦਿਨ ਦੇ ਲਈ ਸ਼ੋ ਲਾਉਣ ਵਾਸਤੇ ਨਾਲ ਦੀ ਨਾਲ ਦਿਲਜੀਤ ਦੋਸਾਂਝ ਨੂੰ ਪ੍ਰਾਈਵੇਟ ਜੈਟ ਵੀ ਭੇਜਿਆ ਗਿਆ ਸੀ ਜਿਸ ਦੇ ਉੱਪਰ ਦਿਲਜੀਤ ਦੋਸਾਂਝ ਦੀ ਐਂਟਰੀ ਹੋਈ ਸੀ ਸੋ ਨਾਲ ਦੀ ਦਲਜੀਤ ਦੋਸਾਂਜ ਦੇ Song ਦੇ ਉੱਪਰ ਅਨੰਤਵਾਨੀ ਖੁਦ ਵੀ ਨੱਚਦਾ ਨਜ਼ਾਰਾ ਹੈ ਜਿਹਦੀ ਕਲਿੱਪ ਤੁਸੀਂ ਆਪਣੀ ਸਕਰੀਨ ਉੱਪਰ ਚੱਲਦੀ ਦੇਖ ਸਕਦੇ ਹੋ ਬਾਕੀ ਦੱਸਿਆ ਜਾ ਰਿਹਾ ਕਿ ਅਨੰਤਵਾਨੀ ਨੇ ਆਪਣੇ ਵਿਆਹ ਦੇ ਉੱਪਰ 1000 ਕਰੋੜ ਰੁਪਏ ਜਿਹੜਾ ਕਿ ਉਹ ਹੁਣ ਤੱਕ ਖਰਚ ਕਰ ਦਿੱਤਾ ਹਜੇ ਹਜੇ ਹੋਰ ਪਾਰਟੀਆਂ ਕਰਨੀਆਂ ਨੇ ਜਿਹੜੀਆਂ ਕਿ ਉਹ ਬਾਕੀ ਨੇ ਬਾਕੀ ਹੋਰ ਵੀਡੀਓ ਦੇਖਣ ਲਈ ਲਗਾਤਾਰ ਚੈਨਲ ਤੇ ਬਣੇ ਰਿਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ